ਖੇਡਾਂ ਪੰਜਾਬੀ ਵਿਰਾਸਤ ਵਿੱਚ ਫੁਲਕਾਰੀ ਦੀ ਮਹੱਤਤਾ ਨੂੰ ਬਾਖੂਬੀ ਬਿਆਨ ਕਰਦੀਆਂ ਨੇ। ਇੱਕ ਉਹ ਸੁਨਹਿਰੀ ਸਮਾਂ ਸੀ ਜਦੋਂ ਘੱਗਰੇ ਫੁਲਕਾਰੀਆਂ ਮੁਟਿਆਰਾਂ ਦਾ ਸ਼ਿੰਗਾਰ ਹੁੰਦੀਆਂ ਸਨ ਤੇ ਇੱਕ ਅੱਜ ਦਾ ਦੌਰ ਹੈ ਜਦੋਂ ਫੁਲਕਾਰੀਆਂ ਤੇ ਬਾਗ ਸਿਰਫ ਸ਼ਗਨਾਂ ਦੀਆਂ ਰਸਮਾਂ ਤੱਕ ਹੀ ਸੀਮਿਤ ਹੋ ਕੇ ਰਹਿ ਗਏ ਨੇ ਤੇ ਸਾਡੇ ਅਣਮੁੱਲੇ ਵਿਰਸੇ ਚੋਂ ਇਹ ਬੇਸ਼ਕੀਮਤੀ ਚੀਜ਼ਾਂ ਗਾਇਬ ਹੁੰਦੀਆਂ ਜਾ ਰਹੀਆਂ ਨੇ। ਪਰ ਕੁਝ ਸੰਸਥਾਵਾਂ ਅਜਿਹੀਆਂ ਵੀ ਨੇ ਜੋ ਹਾਲੇ ਵੀ ਇਸ ਵਿਰਾਸਤ ਨੂੰ ਸਾਂਭਣ ਦੇ ਯਤਨ ਵਿੱਚ ਤਾਂ ਲੱਗੀਆਂ ਹੀ ਹਨ ਤੇ ਅਜਿਹਾ ਹੀ ਤਹੀਆ ਕਰ ਰਿਹਾ ਪੱਟੀ ਦਾ ਇਹ ਫੁਲਕਾਰੀ ਹਾਊਸ, ਜੋ ਨਾ ਸਿਰਫ ਆਪਣੇ ਲਈ ਮਿਹਨਤ ਨਾਲ ਰੁਜ਼ਗਾਰ ਪੈਦਾ ਕਰੀ ਬੈਠਾ ਹੈ, ਸਗੋਂ ਬਹੁਤ ਸਾਰੀਆਂ ਔਰਤਾਂ ਨੂੰ ਰੁਜ਼ਗਾਰ ਵੀ ਦੇ ਰਿਹਾ। ਰੁਜ਼ਗਾਰ 100 ਤੋਂ 150 ਲੇਡੀਜ਼ ਨੂੰ ਮਿਲ ਰਿਹਾ, ਜਿਹੜੀ ਕਿ ਜਿਹੜੀ ਘਰਾਂ 'ਚ ਕੁਛ ਹੋਰ ਕੰਮ ਨਹੀਂ ਕਰ ਸਕਦੀ ਜਾਂ ਕੁਛ ਹੋਰ ਉਹਨਾਂ ਕੋਲ ਇੰਪਲੋਇਮੈਂਟ ਦਾ ਕੋਈ ਸਾਧਨ ਨਹੀਂ ਹੈਗਾ, ਜੋ ਜਾਂ ਤਾਂ ਉਹ ਪੜ੍ਹੇ ਲਿਖੇ ਨਹੀਂ ਆ। ਅਤੇ ਇਹ ਫੁਲਕਾਰੀਆਂ ਬਾਗ ਆਮ ਤੌਰ 'ਤੇ ਪੁਰਾਣੇ ਜ਼ਮਾਨੇ ਤੋਂ ਚੱਲਦੀਆਂ ਆ ਰਹੀਆਂ, ਲੋਕ ਕੱਟਦੇ ਆ ਅਤੇ ਇਹ ਸਭ ਨੂੰ ਤਕਰੀਬਨ ਜਿਨ੍ਹਾਂ ਨੂੰ ਨਹੀਂ ਆਉਂਦਾ ਅਸੀਂ ਉਹਨਾਂ ਨੂੰ ਸਿਖਾਉਂਦੇ ਹਾਂ ਅਤੇ ਗਾਂ ਉਹਨਾਂ ਨੂੰ ਰੁਜ਼ਗਾਰ ਦਿੰਦੇ ਹਾਂ ਤਾਂ ਜੋ 1000-2000 ਰੁਪਇਆ ਮਹੀਨਾ ਉਹ ਆਪਣੀ ਆਮਦਨੀ ਜਿਹੜੀ ਆ ਬਿਨਾਂ ਕੁਛ ਖਰਚਾ ਕੀਤੇ ਕਮਾਉਣ ਅਤੇ ਤਾਂ ਜੋ ਉਹ ਆਪਣਾ ਘਰ ਦਾ ਗੁਜ਼ਾਰਾ ਬੜੀ ਵਧੀਆ ਤਰ੍ਹਾਂ ਕਰ ਸਕਣ। ਹੁਣ ਤਾਂ 10 ਫੁਲਕਾਰੀਆਂ ਦੇ ਬਾਗ ਕੱਢੀ ਦੇ ਆ ਤੇ ਇਹ ਆਪਦੀ ਮਿਹਨਤ ਕਰੀ ਦੀ ਆ ਤੇ ਇਹ ਸਾਨੂੰ ਦਿੰਦੇ ਆ, ਇਹਨੂੰ ਕੋਈ ਖੜ ਕੇ ਤੇ ਅਸੀਂ ਕੱਢਦੇ। ਇੱਥੇ ਸਭ ਔਰਤਾਂ ਮਿਲ ਕੇ ਫੁਲਕਾਰੀ, ਬਾਗ, ਪੱਖੀਆਂ ਤੇ ਸੂਟਾਂ ਤੇ ਕਢਾਈ ਕਰਦੀਆਂ ਨੇ। ਸ਼ਗਨਾਂ ਦੀਆਂ ਇਹਨਾਂ ਵਸਤਾਂ ਨੂੰ ਲੋਕ ਵੀ